ਜੀ ਦੋਸਤੋ ਅੱਜ ਗੱਲ ਕਰਦੇ ਹਾਂ ਜੀ ਪੀਟਪੀਐਸਬੀ ਬੋਰਡ ਨੇ ਵੈਕੈਂਸੀ ਕੱਢੀ ਹੈ ਕਿਸ ਚੀਜ਼ ਦੀ ਵੈਕੈਂਸੀ ਹੈ ਕਿੰਨੀਆਂ ਪੋਸਟਾਂ ਸਾਰੀ ਗੱਲ ਕਰਾਂਗੇ ਉਸ ਤੋਂ ਪਹਿਲਾਂ ਸੇਮ ਰਿਕਵੈਸਟ ਵੀਡੀਓ ਨੂੰ ਲਾਈਕ ਸ਼ੇਅਰ ਅਗਰ ਤੁਸੀਂ ਕਿਸੇ ਵੀ ਗਵਰਨਮੈਂਟ ਦਾ ਨੋਟੀਫਿਕੇਸ਼ਨ ਆਪਣੇ ਫੋਨ ਤੇ ਚਾਹੁੰਦੇ ਹੋ ਤਾਂ ਚੈਨਲ ਨੂੰ ਜੁਸਬਸਕ੍ਰਾਈਬ ਕਰੋ ਜੀ ਦੋਸਤੋ ਇਹ ਐਡਵਰਟਾਈਜ਼ 12/2023 ਪੀਟਪੀਐਸਬੀ ਬੋਰਡ ਦੀ ਆ ਠੀਕ ਹੈ ਜੀ ਕੁੱਲ ਅਸਾਮੀਆਂ 10 ਇਹ ਅਸਾਮੀਆਂ ਕਿਹੜੀਆਂ-ਕਿਹੜੀਆਂ ਜੀ ਦੇਖੋ ਤਕਨੀਕੀ ਸਹਾਇਕ ਦੀ ਇੱਕ ਵੈਕੈਂਸੀ ਆ ਜ਼ਿਲ੍ਹਾ ਖਜ਼ਾਂਚੀ ਦੀ ਇੱਕ ਹੈ ਤੇ ਖੋਜ ਸਹਾਇਕ ਗ੍ਰ ਅੱਗੇ ਚੈੱਕ ਕਰਦੇ ਆ ਜੀ ਬਈ ਦੋਸਤੋ ਐਡਵਰਟਾਈਜ਼ ਪ੍ਰਕਾਸ਼ਿਤ ਹੋਣ ਦੀ ਮਿਤੀ ਆ ਦੇਖ ਲਓ 23 12 2023 ਆ ਤੇ ਆਨਲਾਈਨ ਅਪਲਾਈ ਕਰਨ ਦੀ ਮਿਤੀ ਆ 23 12 2023 ਠੀਕ ਆ ਦੋਸਤੋ ਤੇ ਆਖਰੀ ਡੇਟਾ ਲਾਸਟ ਡੇਟਾ 31 12 2023 ਠੀਕ ਆ ਤੇ ਫੀਸ ਭਰਨ ਦੀ ਮਿਤੀ ਆ 2 1 2024 ਠੀਕ ਆ ਦੋਸਤੋ ਚਲੋ ਅੱਗੇ ਦੇਖਦੇ ਆ ਜੀ ਏ ਦੋਸਤੋ ਤਕਨੀਕੀ ਸਹਾਇਕ ਦੀ ਜਰਨਲ ਦੀ ਵੈਕੈਂਸੀ ਹੈ ਜੀ ਤੇਕ ਜ਼ਿਲ੍ਹਾ ਖਜ਼ਾਨਚੀ ਖਜ਼ਾਨਚੀ ਦੀ ਜਰਨਲ ਦੀ ਵੈਕੈਂਸੀ ਹੈ ਜੀ ਖੋਜ ਸਹਾਇਕ ਤੇ ਗ੍ਰੇਡ ਏ ਦੀ ਵੈਕੈਂਸੀ ਦੇਖਿਓ ਜੀ ਦੇਖੋ ਜਰਨਲ ਦੀ ਆਚਾਰ ਹੈ ਐਸ ਸੀ ਐਮ ਐਂਡ ਬੀ ਦੀ ਇੱਕ ਹੈ ਐਸ ਸੀ ਆਰਡਰ ਆਰ ਐਂਡ ਓ ਦੀ ਇੱਕ ਹੈ ਬੀ ਸੀ ਦੀ ਇੱਕ ਹੈ ਤੇ ਐਕਸ ਸਰਵਿਸਮੈਨ ਦੀ ਇੱਕ ਹੈ ਠੀਕ ਹੈ ਦੋਸਤੋ ਵੈਕੈਂਸੀ ਰਿਜ਼ਰਵ ਫॉर ਊਮਨ ਇੱਕ ਜਰਨਲ ਦੀ ਹੈ ਜੀ ਐਸ ਸੀ ਦੀ ਇਹ ਵੀ ਇੱਕ ਇੱਕ ਊਮਨ ਦੀ ਹੈ ਇਹ ਬੀਸੀ ਦੀ ਇੱਕ ਹੈ ਜੀ ਤੇ ਐਕਸ ਸਰਵਿਸਮੈਨ ਦੀ ਇੱਕ ਹੈ ਠੀਕ ਹੈ ਦੋਸਤੋ ਅੱਗੇ ਚੈੱਕ ਕਰਦੇ ਹਾਂ ਜੀ ਹਾਂ ਜੀ ਦੋਸਤੋ ਇਹ ਕੈਟਾਗਰੀ ਕੋਡ ਹੁੰਨੇ ਆ ਜੀ ਜਦੋਂ ਅਪਲਾਈ ਕਰੋਗੇ ਇਹਨਾਂ ਦੀ ਲੋਡ ਪੈਂਦੀ ਹੈ ਜਨਰਲ ਵਾਸਤੇ 101 ਕੋਡ ਹੁੰਦਾ ਠੀਕ ਹੈ ਦੋਸਤੋ ਆਪਨੇ ਕੋਡ ਚੈੱਕ ਕਰ ਸਕਦੇ ਤੁਸੀਂ ਦੋਸਤੋ ਐਜੂਕੇਸ਼ਨ ਦੀ ਗੱਲ ਕਰੀ ਜੀ ਸ਼ਾਰਟ ਕਰ ਦਿੰਨਾ ਠੀਕ ਹੈ এডਿਕੇਸ਼ਨ ਦੀ ਗੱਲ ਕਰੀ ਆਪਾਂ ਦੇਖੋ ਤਕਨੀਕੀ ਸਹਾਇਕ ਦੀ এডਿਕੇਸ਼ਨਲ ਸ਼ੁੱਡ ਹੈ ਪਾਸਡ 10+2 ਐਗਜ਼ਾਮੀਨੇਸ਼ਨ ਫਰੋਮ ਅ ਰੀਕੋਗਨਾਈਜ਼ਡ ਯੂਨੀਵਰਸਿਟੀ ਠੀਕ ਹੈ ਦੋਸਤੋ ਤੇ ਇਹ ਸਾਰਾ ਕੁਝ ਚਾਹੀਦਾ ਉਹਨਾਂ ਵਾਸਤੇ ਠੀਕ ਹੈ ਦੋਸਤੋ ਇਹ ਆਪਣਾ ਪੜ ਲਿਓ ਜੀ ਸਕਰੀਨਸ਼ਾਟ ਲੈ ਕੇ ਠੀਕ ਹੈ ਜ਼ਿਲ੍ਹਾ ਖਜਾਨਜੀਵਾ ਤੇ ਗ੍ਰੈਜੂਏਟ ਫਰੋਮ ਅ ਰੀਕੋਗਨਾਈਜ਼ਡ ਯੂਨੀਵਰਸਿਟੀ ਠੀਕ ਹੈ ਜ਼ਿਲ੍ਹਾ ਖਜਾਨਜੀਵਾ ਤੇ ਵਹੀ ਬੰਦਾ ਗ੍ਰੈਜੂਏਟ ਹੋਣਾ ਚਾਹੀਦਾ ਠੀਕ ਹੈ ਹੋਰ ਕੋਈ ਐਕਸਟਰਾ এডਿਕੇਸ਼ਨ ਨਹੀਂ ਮੰਗੀ ਤੇ ਖੋਜ ਸਹਾਇਕ ਗ੍ਰੇਡ A ਦੇ ਵਿੱਚ ਸ਼ੁੱਡ ਪੋਸਟ ਮਾਸਟਰ ਡਿ medical aur non medical stream theek hai dosto aap hi sara pad le screenshot leke education chahiye dosto umar seema di gal kijiye dekho umar seema hoga as per government punjab rules theek hai punjab sarkar di hidayat anusar theek hai mithi ek ek 2023 nu het anusar honi chahiye theek hai normal dekh le general di 18 to 37 sal te punjab ansoochit jati te pachhdi shreni ਵਸਨੇਕ ਉਮੀਦਵਾਰਾਂ ਦੀ ਵੱਧ ਤੋਂ ਵੱਧ ਉਮਰ 42 ਸਾਲ ਹੋ ਸਕਦੀ ਹੈ ਠੀਕ ਹੈ ਜੀ ਤੇ ਜੋ ਆਪਣੇ ਕੇਂਦਰੀ ਰਾਜ ਠੀਕ ਹੈ ਜਾਂ ਸਰਕਾਰ ਦੇ ਕੋਈ ਕਰਮਚਾਰੀ ਨੇ ਉਹਨਾਂ ਨੂੰ 45 ਸਾਲ ਤੱਕ ਛੋੜ ਦਿੱਤੀ ਗਈ ਹੈ ਐਕਸ ਸਰਵਿਸਮੈਨ ਵੀ ਤਕਰੀਬਨ ਸਾਰੇ ਆਈ ਜਾਂਦੇ ਆ ਜੋ ਲੇਟੈਸਟ ਰਿਟਾਇਰਮੈਂਟ ਹੋਇਆ ਫੀਸ ਦੀ ਗੱਲ ਕਰੀਏ ਦੇਖੋ ਜਰਨਲ ਦੀ ਫੀਸ ਜਰਨਲ ਦੀ ਤੇ 77 ਦਾ ਸੰਗਰਾਮੀ ਤੇ ਖਿਡਾਰੀ ਦੀ 1000 ਰੁਪਿਆ ਫੀਸ ਹੈ ਐਸਸੀ ਬੀਸੀ ਦੀ 2500 ਰੁਪਿਆ ਫੀਸ ਹੈ ਤੇ ਸਾਬਕਾ ਫੌਜੀ ਠੀਕ ਹੈ ਤੇ ਡਿਪੈਂਡੈਂਟ ਉਹਨਾਂ ਦੀ 200 ਰੁਪਿਆ ਫੀਸ ਹੈ ਬਾਈ ਇਹ ਫੀਸ ਕਿਸੇ ਵੀ ਸਥਿਤੀ ਵਿੱਚ ਵਾਪਸ ਨਹੀਂ ਕੀਤੀ ਜਾਵੇਗੀ ਲਿਖਤਾ ਉਹਨਾਂ ਨੇ ਖਾਸ ਕਰਕੇ ਠੀਕ ਹੈ ਦੋਸਤੋ ਤੇ ਟੋਨ ਵਿਧੀ ਕਿਦਾਂ ਤੁਹਾਡੇ ਵੀ ਦੇਖੋ ਐਮਸੀਕਿਊ ਕੁਐਸਚਨ ਆਉਣਗੇ ਤੁਹਾਡੇ ਰਿਟਰਨ ਐਗਜ਼ਾਮ ਹੋਏਗਾ ਐਮਸੀਕਿਊ ਕੁਐਸਚਨ ਆਉਣਗੇ ਤੁਹਾਡੀ ਠੀਕ ਹੈ ਦੋਸਤੋ ਅਪਲਾਈ ਕਿਦਾਂ ਕਰ ਸਕਦੇ ਆ ਅਪਲਾਈ ਦੋਸਤੋ ਇਹ ਬੋਰਡ ਦੀ ਵੈਬਸਾਈਟ ਹੈ ਇਸ ਤੇ ਜਾ ਕੇ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਠੀਕ ਹੈ ਜੀ ਦੇ ਅੱਗੇ ਦੇਖਿਆ ਜੀ ਕੁਝ ਖਾਸ ਗੱਲ ਹਾਂਜੀ ਦੋਸਤੋ ਕੁਝ ਨੰਬਰ ਦੇ ਰੱਖਿਆ ਇਹਨਾਂ ਨੇ ਠੀਕ ਹੈ ਜੀ ਅਗਰ ਕੋਈ ਤੁਹਾਨੂੰ ਜਾਣਕਾਰੀ ਹੋਰ ਪ੍ਰਾਪਤ ਕਰਨ ਤਾਂ ਇਹ ਨੰਬਰਾਂ ਤੇ ਤੁਸੀਂ ਇਹ ਨੰਬਰ ਹੋ ਗਿਆ ਇਹ ਨੰਬਰ ਹੋ ਗਿਆ ਇਹਨਾਂ ਤੇ ਤੁਸੀਂ ਜਾ ਕੇ ਕਾਲ ਕਰ ਸਕਦੇ ਹੋ ਠੀਕ ਹੈ ਦੋਸਤੋ ਜਾ ਕੇ ਆਪਣੀ ਸਾਰੀ ਇਸ ਐਡਵਰਟਾਈਜ਼ਮੈਂਟ ਬਾਰੇ ਜਾਣਕਾਰੀ ਲੈ ਸਕਦੇ ਹੋ ਠੀਕ ਹੈ ਜੀ ਇਹ ਸੀ ਐਡਵਰਟਾਈਜ਼ਮੈਂਟ ਜੀ ਐਡਵਰਟਾਈਜ਼ 12 ਆਫ 2023 ਦੀ ਠੀਕ ਹੈ ਦੋਸਤੋ ਜੇ ਵੀਡੀਓ ਵਧੀਆ ਲੱਗੀ ਤਾਂ ਦੋਸਤੋ ਆਪਣੇ ਨਾਲ ਸ਼ੇਅਰ ਕਰ ਦੇਣਾ ਨਾਲੇ ਪੀਟ੍ਰੀਪਲ ਐਸ ਵੀ ਬੋਰਡ ਦੀ ਕਿਸੇ ਵੀ ਜੌਬ ਦੇ ਨੋਟੀਫਿਕੇਸ਼ਨ ਵਾਸਤੇ ਐਦਾਂ ਹੀ ਚੈਨਲ ਨੂੰ ਜੂਰ ਸਬਸਕ੍ਰਾਈਬ ਕਰੋ ਜੀ ਮਿਲਦੇ ਆਂ ਜੀ ਅਗਲੀ ਵੀਡੀਓ ਤਦ ਤੱਕ ਧੰਨਵਾਦ